ਅੱਜ ਨਾ ਇਸ ਪਹੀ 'ਚ ਪੰਗਾ ਪੈਣਾ ਇੱਥੇ। ਅੱਜ ਪਹੀ ਦੀ ਮਿਣਤੀ ਹੋ ਰਹੀ ਆ, ਜਿਹੜੇ ਆਹ ਪਪੂਲਰ ਆ ਆਹ ਜਿਹੜੇ ਇੱਥੇ ਸਾਹਮਣੇ ਵਾਲੇ ਪਹੀ ਦੇ ਵਿੱਚ ਆ ਜਾਣੇ, ਅਤੇ ਆਹ ਪੂਲਰ ਵੀ ਪਹੀ ਦੇ ਵਿੱਚ ਆ ਜਾਣੇ। ਉਹ ਪਿੱਛੇ ਤਾਂ ਨਾ ਮਿਣਤੀ ਸ਼ੁਰੂ ਹੋਈ ਹੋਈ ਆ। ਇੱਕ ਗੱਠੇ 'ਚ ਕਿੰਨਾ ਹੁੰਦਾ ਹੁਣੀ ਮੈਂ ਹਿਸਾਬ ਦਾ, ਅੱਜ ਕੱਲ੍ਹ ਲੋਕਾਂ ਨੇ ਬਹੁਤ ਵੀਡੀਓ ਬਣਾ ਕੇ ਪਾਈ ਹੋਈ ਨੈੱਟ ਪਰ, ਆਪਾਂ ਕੱਢ ਕੇ ਦੇਖਦੇ ਹਾਂ। ਮੈਂ ਦੇਖ ਲਈ ਵੀਡੀਓ, ਇੱਕ ਦੋ ਬੰਦੇ ਨੂੰ ਪੁੱਛ ਵੀ ਲਿਆ, 5.5 ਫੁੱਟ ਦਾ ਇਕੱਠਾ ਹੁੰਦਾ। ਮੈਂ ਕਿਹਾ ਤਿੰਨ ਫੁੱਟ ਦਾ ਤਿੰਨ ਗੱਠੇ ਦੇਣੀ ਪਈ ਇਹ, ਜਾਂ ਚਾਰ ਗੱਠੇ ਦੇਣ, ਪਤਾ ਨਹੀਂ ਹੁਣ ਸਾਰਾ ਕੁਝ ਪਤਾ ਲੱਗੂਗਾ। ਕਹਿੰਦਾ ਡਰੋਨ ਰਾਹੀਂ ਸਾਰਾ ਤੇ ਉਹ ਕੱਢਣੀ ਉੱਪਰ ਤੇ ਵੀ, ਜਿੱਦਾਂ ਸੈਟੇਲਾਈਟ ਕਿਉਂ ਦੇਖ ਰਹੇ ਤੇ ਨਕਸ਼ੇ ਦੇ ਹਿਸਾਬ ਨਾਲ ਦੇਖਦੇ ਆ ਵੀ ਕਿਆ ਕੁਛ ਆ। ਹੁਣ ਦੇਖਦੇ ਆ ਆਹ ਜਿਹੜੇ ਪੂਲਰ ਵਿੱਚ ਆਉਂਦੇ ਆ ਜਾਂ ਆਹ ਆਉਂਦੇ ਆ ਬਾਈ ਪਿੱਛੇ ਆਉਂਦੇ, ਹਾਂ ਹਾਂ ਦੇਖਦੇ ਹੁਣ ਸਾਰਾ ਕੁਝ। ਮੇਰੀ ਜ਼ਮੀਨ ਆ, ਮੇਰੀ ਜ਼ਮੀਨ ਤਾਂ ਮੈਨੂੰ ਲੱਗਦਾ ਜਿਹੜਾ ਉਹ ਜਿਹੜਾ ਹਨਾ ਪੂਲਰ ਖੜਾ, ਇਹਦੀ ਸਿਹਤ ਨੂੰ ਐਂ ਆਉਣੀ ਇੱਥੇ ਆ ਨੇੜੇ ਨੇੜੇ ਆ, ਆਹ ਸਿਹਤ ਇੱਥੇ ਜਿੱਥੇ ਮੈਨੂੰ ਲੱਗਦਾ ਮੇਰੀ ਜਿਹੜੀ ਵਿੱਚ ਆਊਗੀ ਆਹ। ਦੇਖ ਲਓ ਬਾਈ, ਮੈਂ ਕਦੇ ਟਰੈਕਟਰ ਵਾਹਿਆ ਕਦੇ ਆਪੇ ਜਿਹੜੇ ਬਹੁੰਦੇ ਆ ਬਾਈ ਗਏ। ਚਲੋ ਹੁਣ ਮੈਂ ਤਾਂ ਉਹਨੂੰ ਕਹਿ ਤਾ ਬਾਈ ਜਿੱਥੇ ਆਉਂਦੀ ਆਪਣੀ ਬਾਹ ਲਾ ਯਾਰ, ਭਾਵੇਂ ਇੱਧਰ ਹੋਰ ਮੇਰੀ ਕਿਹੜੀ ਗੱਲ ਆ, ਆਪਾਂ ਮੈਂ ਤਾਂ ਇਹ ਚਾਹੁੰਦਾ ਸੜਕ ਵਧੀਆ ਮਿਲ ਜਾਣੀ, ਜਿਹੜੀ ਸਾਨੂੰ ਇਹ ਚਾਹੁੰਦਾ ਵੀ ਆਹ ਸੜਕ ਹੋ ਜਾਣੀ ਪੱਕੀ ਤੇ ਸਾਡੀ ਮੋਟਰ ਹੋ ਜਾਣੀ ਆਸਾਨੀ। ਅਸੀਂ ਤਾਂ ਇਹਦੇ ਫਾਈਬਰ 'ਚ ਵੀ ਯਾਰ ਬਣੇ, ਮੈਂ ਤਾਂ ਮਿਣਤੀ ਉੱਧਰ ਦੀ ਕਹਿੰਦਾ ਬਾਈ ਨੂੰ ਵੀ ਮਿਣਤੀ ਕਰੋ ਵਧੀਆ ਬਣਾ ਤਾ। ਉਹਨੂੰ ਅੱਜ ਆਏ ਨੀ ਹੈ, ਕਿੱਦਾਂ ਲੰਘਿਆ ਹੋਇਆ, ਕਹਿੰਦਾ ਤੁਹਾਨੂੰ ਫੋਨ ਕਰੂੰਗਾ ਮੈਂ। ਅੱਜ ਗੁੱਜਰ ਭਾਈ ਸਾਡਾ ਗਾਇਬ ਹੋਇਆ ਕੱਲ੍ਹ ਦਾ, ਕੱਲ੍ਹ ਦਾ 300 ਰੁਪਏ ਲੈ ਗਿਆ ਉਹ, ਆਇਆ ਹੈ ਨਹੀਂ ਹਾਲੇ ਤੱਕ। ਦੇਖ ਕੇ ਮਾੜਾ ਫਿਰ ਆਹ ਦੇਖ ਆਉਂਦੇ ਪਹਿਲਾਂ ਮੋਟਰ ਜਦ ਤੱਕ ਹਲੇ ਉਹ ਪਿੱਛੇ ਵਾਲਾ ਦੂਰ ਆ ਬਹੁਤ ਖੜੇ ਇੱਥੇ, ਤੇ ਹੁਣ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਖੜੇ ਉੱਧਰ, ਫਿਰ ਇੱਧਰ ਨੂੰ ਵੱਧਦੇ ਨੇ ਆਉਣਾ ਉਹਨਾਂ ਨੇ, ਫਿਰ ਅਸੀਂ ਦੇਖ ਲਾਂਗੇ ਇੱਥੇ। ਹੈਂ ਮੈਨੂੰ ਤਾਂ ਆਇਆ ਨਹੀਂ, ਮੈਨੂੰ ਫੋਨ ਆ ਜਾਣਾ ਤਾ ਬਹੁਤਾ ਯਾਰ, ਆਹ ਦੇਖ ਲੈਂਦੇ ਜਾ ਕੇ, ਦੇਖੀ ਜਾ ਗੁੱਜਰ ਹੈਗਾ ਮੋਟਰ ਪਰ ਨਹੀਂ। ਬੈਠਾ 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 ਗੱਲ ਕਰਦੇ ਆ ਜੀ, ਕੱਲ ਅਸੀਂ ਵੀਡੀਓ ਪਾਈ ਸੀ ਬੂਟਾਂ ਵਾਲੀ, ਤੇ ਦੇਖੋ ਜੀ ਹੁਣ ਸਾਡਾ ਚਾਚੇ ਤਾਇਆ ਦਾ ਨੇਤਰ ਬਾਈ ਆ, ਸਾਨੂੰ ਤਾਂ ਉਹਦਾ ਨਾਲ ਸਮਰਥਨ ਦੇਣਾ ਪੈਣਾ ਬਾਈ, ਜੋ ਮਰਜ਼ੀ ਹੋ ਜਾਵੇ। ਠੀਕ ਆ, ਕਮੈਂਟਾਂ ਦੇ ਵਿੱਚ ਲੋਕ ਗਾਲਾਂ ਬਲੋਚ ਫਲਾਣਾ ਧਮਕਾਣਾ, ਇੱਕ ਦੋ ਮੈਸੇਜ ਵੀ ਕਰ ਰਹੇ, ਟੈਲੀਫੋਨ ਵੀ ਕਰ ਰਹੇ ਮੈਨੂੰ, ਤੁਸੀਂ ਉੱਧਰ ਪਾਰਟੀ 'ਚ ਫਲਾਣੀ ਪਾਰਟੀ ਧਮਕਾਣੀ ਪਾਰਟੀ 'ਚ। ਪਹਿਲਾਂ ਤਾਂ ਮੈਂ ਇੱਕ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੁੰਦਾ, ਕਿਹੜੀ ਪਾਰਟੀ ਨੂੰ ਵੋਟ ਪਾਈਏ, ਜਿਹਨੇ ਉਹਦਾ ਕੰਮ ਗਣਾ ਦਿਓ ਸਾਨੂੰ, ਜੋ ਉਹਨੇ ਆਹ ਕੰਮ ਸਭ ਤੋਂ ਵਧੀਆ ਕਰੇ ਹੋਏ ਆ, ਵੀ ਤੁਸੀਂ ਉਹਨੂੰ ਵੋਟ ਪਾ ਦਿਓ, ਅਸੀਂ ਉਹਨੂੰ ਪਾ ਦਾਂਗੇ। ਮੈਂ ਇਹ ਨਹੀਂ ਤੁਸੀਂ ਕਹਿੰਦੇ ਵੀ ਮੈਂ ਆਪ ਪਾਰਟੀ ਦਾ ਸਮਰਥਕ ਆ ਜਾਂ ਉਹਦਾ। ਹੁਣ ਇੱਕ ਜਿਹੜਾ ਕਿਹੜਾ ਇੱਕ ਐਕਟਰ ਨਹੀਂ ਖੜਾ ਵੋਟਾਂ ਦੇ ਵਿੱਚ, ਕਿਹੜਾ ਖੜਾ ਇੱਕ ਐਕਟਰ ਖੜਿਆ ਇੱਕ ਵੋਟਾਂ ਦੇ ਵਿੱਚ, ਉਹਦੀ ਸਪੋਰਟ ਦੇ ਵਿੱਚ ਉਹਦੇ ਸਾਰੇ ਜਿਹੜੇ ਨਾਲ ਦੇ ਗਿੱਪੀ ਗਰੇਵਾਲ ਜਿਹੜੇ ਹੋਰ ਉਹਦੇ ਨਾਲ ਦੇ ਆ ਘੁੱਗੀ ਨੇ ਸਾਰੇ ਉਹਦੀ ਸਪੋਰਟ 'ਚ ਆਏ ਹੋਏ ਆ, ਉਹਨਾਂ ਨੇ ਵੀ ਕਮੈਂਟ ਕਰੋ ਜਾ ਕੇ ਯਾਰ ਵੀ ਤੁਸੀਂ ਕਿਹੜੇ ਬੰਦੇ ਨਾਲ ਸਪੋਰਟ ਕਰ ਰਹੇ ਆ ਫਲਾਣੇ। ਦੇਖੋ ਇਹ ਹੁੰਦਾ ਜੇ ਹੁਣ ਸਾਡਾ ਕੋਈ ਜੇ ਨਿੰਮੇ ਖੜਿਆ, ਹੁਣ ਮੈਨੂੰ ਤਾਂ ਸਪੋਰਟ ਕਰਨੀ ਪੈਣੀ ਆ, ਕਰਨੀ ਪੈਂਦੀ, ਭਾਵੇਂ ਨਿੰਮਾ ਕਿਸੇ ਪਾਰਟੀ ਜਾਂ ਵਿਰੁੱਧ ਜਿਹੜੀ ਮਰਜ਼ੀ ਪਾਰਟੀ ਵੱਲ ਤੇ ਖੜ ਜਾਵੇ ਜਾ ਕੇ। ਟੈਲੀਫੋਨ ਧੜਾ ਧੜ ਕਮੈਂਟ ਚੜ ਰਹੇ, ਫੜੇ ਤੜ 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 ਕਮੈਂਟ ਹੋ ਰਹੇ, ਮੈਂ ਯਾਰ ਲੋਕਾਂ ਤੇ ਹੈਰਾਨ ਆ ਯਾਰ। ਹੁਣ ਅਸੀਂ ਘੁੰਮੀਏ ਵੀ ਨਾ ਤਾਂ, ਅਸੀਂ ਯਾਰ ਕੋਈ ਪਾਰਟੀ ਬਾਜੀ ਆਪਾਂ ਕੋਈ ਵੰਡੇ ਉਹ ਨਹੀਂ ਹੈਗੇ ਵੰਡੇ, ਆਪਾਂ ਸਾਰੇ ਇੱਕੋ ਹੀ ਹੈ, ਸਾਨੂੰ ਪਹਿਲਾਂ ਜਾਤਾਂ 'ਚ ਵੰਡਿਆ ਹੋਇਆ ਬਾਈ। ਮੈਂ ਇੱਕ ਦਿਨ ਪੰਜੇ ਵਾਲੀ 'ਚ ਵੀ ਗਿਆ ਏ, ਹਾਂ ਹਾਂ, ਹੁਣ ਜਾਣਾ ਪੈਂਦਾ ਅਗਲਾ ਬੁਲਾਉਂਦਾ, ਤੇਰੀ ਵੀ ਗੱਲ ਚੱਲਦੀ ਤੀ ਅੱਜ, ਹਾਂ ਹਾਂ, ਕਹਿੰਦੇ ਮੈਂ ਭੱਜਿਆ ਜਾ ਰਿਹਾ। ਉਹ ਭੱਜਿਆ ਤਾਂ ਜਾ ਰਿਹਾ ਬਾਈ, ਹਰੇਕ ਪਾਸੇ ਜਾਂਦੇ ਆ, ਅਸੀਂ ਪੰਜੇ ਵਾਲੇ ਨੇ ਬੁਲਾਇਆ ਪੰਜੇ ਵਾਲੇ ਚਲੇ ਗਏ, ਹੁਣ ਜਿਹਨੇ ਕਹਿ ਦਿੱਤਾ ਉਹਨੂੰ ਜਾਣਾ ਹੀ ਪੈਂਦਾ। ਉਹ ਦਰਸ਼ਨ ਬਾਈ ਵਾਲੀ ਗੱਲ ਸੱਚੀ ਆ, ਵੀ ਜਿਹੜਾ ਜਿੱਤੇ ਗਿਆ ਹਾਰ ਉਹਦੀ ਗਲ 'ਚ ਪਾ ਦੇਣਾ, ਦੇਖ ਤਾਂ ਤੇਰੇ ਵੱਲੇ ਆ।
ਦੇਖੋ ਸਾਨੂੰ ਬਾਈ ਨਾ ਤਾਂ ਕਿਸੇ ਨੇ ਕੁਛ ਦੇਣਾ, ਨਾ ਅਸੀਂ ਕਿਸੇ ਦਾ ਲੈਣਾ, ਅਸੀਂ ਆਪਣੇ ਹਾਂ ਇੱਕ ਥੋੜ੍ਹਾ ਜਿਹਾ ਵੀ ਆਹ ਇੱਕ ਡੇਢ ਕੁ ਮਹੀਨਾ ਹੁਣ ਲਾਊਡ ਸਪੀਕਰ ਚੱਲ ਰਹੇ ਆ, ਇਹ ਕਰ ਦਾਂਗੇ ਬਹੁਤ ਵੋਟਾਂ ਦੇ ਵੋਟਾਂ ਦੇ ਬਾਅਦ ਜਿੱਦਾਂ ਨਾ ਵੋਟਾਂ ਪੈ ਜਾਣੀ ਸਾਈਡ ਕੋਈ ਨੀ ਦੇਖਣਾ, ਚਾਰੇ ਪਾਸੇ ਵੀ ਕੁਰ ਲੱਗ ਜਾ ਰਜਾਰ ਨੂੰ ਦੱਬਣ ਨੂੰ ਫਿਰਦਾ ਕਿਸੇ ਨੇ ਘੁੰਮਦੇ ਬੰਦੇ ਇਧਰ ਵੱਧਦੇ ਆ ਰਹੇ ਆ, ਚੱਲੀਏ ਫਿਰ ਹੁਣ ਆਪਾਂ ਦੇਖੀ ਜਾ ਕੇ ਲੈ ਬੰਦੇ ਇੱਧਰ ਨੂੰ ਵੱਧਦੇ ਆ ਰਹੇ ਹਾਂ ਅਤੇ ਮਿਹਨਤੀ ਹੋ ਰਹੀ ਆ, ਚੱਲ ਵਧੀਆ ਸਾਨੂੰ ਜਿਹਾ ਹੋ ਚੁੱਕੇ ਆ ਪੱਕੀ ਹੋ ਜਾਵੇ ਬਾਈ ਕਹਿੰਦੇ ਬਈ ਹੁਣ ਅਸੀਂ ਇੱਥੇ ਬੈਠੇ ਹਾਂ, ਕਿੰਨੀ ਸ਼ਾਂਤੀ ਆ ਨਿੰਮੇ, ਇੱਕ ਵੀ ਮੱਖੀ ਨਹੀਂ ਹੈ ਲਾਹੌਰ ਹਾਂ ਐਂ ਸਰ ਪਤਾ ਨਹੀਂ ਕੋਈ ਇੱਥੇ ਇੰਨੀ ਕੁ ਜਗ੍ਹਾ 'ਚ ਨਾ ਕੋਈ ਕੁਦਰਤ ਜਿਹੀ ਵੜਦੀ ਹੈ, ਅਸੀਂ ਰਾਤ ਨੂੰ ਸ਼ਾਮ ਨੂੰ ਇੱਥੇ ਬੈਠੇ ਹੁੰਦੇ ਹਾਂ ਨਾ, ਇੰਨੀ ਜਗ੍ਹਾ ਦੇ ਵਿੱਚ ਨਾ ਮੱਛਰ ਆਉਂਦਾ ਨਾ ਮੱਖੀ ਆਉਂਦੀ ਆ, ਚਾਰੇ ਪਾਸੇ ਪਾਣੀ ਓ ਪਾਣੀ ਕਰਿਆ ਵਾ, ਇੱਧਰ ਵੀ ਪਾਣੀ ਚਾਰੇ ਪਾਸੇ ਪਾਣੀ, ਦਰਖਤ ਦਰਖਤ ਲੱਗੇ ਹੋਏ ਆ, ਕੱਲ ਕੁ ਪਰਸੋਂ ਮੈਂ ਕਹਿਤਾ ਏ ਸੀ ਵਾਲੇ ਉਹਦੇ ਪਰਕ ਲੱਗੇ ਹੋਏ, ਉਹ ਭਾਈ ਆ ਦੇਖੋ ਕਿੰਨੇ ਦਰਖਤ ਲੱਗੇ ਹੋਏ ਮੇਰੇ, ਆਹ ਕਿੰਨੇ ਤਰ ਬੂਟੇ ਲਾ ਤੇ ਮੈਂ, ਉਹ ਤੁਸੀਂ ਕਹਿੰਦੇ ਇੱਕ ਲਾਓ ਇੱਥੇ ਨੀ, ਇੱਕ ਨੀ ਦੋ ਤਿੰਨ ਚਾਰ ਪੰਜ ਛੇ ਸੱਤ, ਉੱਧਰ ਪੂਰਾ ਗੇੜਾ ਦਿੱਤਾ ਮੈਂ, ਇਹ ਆਹ ਲੱਗੇ ਜਾਮਣ ਲੱਗੀ ਹੋਈ ਆ, ਉਹ ਉੱਧਰ ਕਿਆ ਕਹਿੰਦੇ ਹੁੰਦੇ ਆ ਉਹ ਲੱਗੇ, ਇਹ ਤਾਂ ਚੱਲ ਆਪਣਾ ਬਿਜ਼ਨਸ ਆਇਆ ਫਿਰ ਫਿਰ ਵੀ ਇੱਕ ਤਰ੍ਹਾਂ ਦੀ ਆਕਸੀਜਨ ਦਿੰਦੇ ਹੀ ਇਹ ਵੀ ਤਾਂ, ਚੱਲੇ ਸਾਡਾ ਬਿਜ਼ਨਸ ਵੱਢ ਕੇ ਫਿਰ ਲਾ ਦੇਣੇ ਅਸੀਂ, ਠੀਕ ਹੈ ਇਹ ਸਾਡਾ ਬਿਜ਼ਨਸ, ਫਿਰ ਵੀ ਦਰਖਤ ਲੱਗੇ ਹੋ ਕਿੰਨੇ ਲਾਏ ਹੋਏ ਆ, ਹਾਂ ਇਹ ਨਹੀਂ ਅਸੀਂ ਪਹਿਲੀ ਕਹਿਣ ਤੋਂ ਪਹਿਲਾਂ ਚੀਜ਼ਾਂ ਅਸੀਂ ਕਰਦੇ ਹੁੰਦੇ ਆ, ਉਹ ਜਿਹੜੇ ਏ ਸੀ ਲੱਗੇ ਉਹ ਮੇਰੇ ਫਲੈਟ 'ਚ ਲੱਗੇ ਆ, ਉਹ ਤਾਂ ਆਪਾਂ ਨੂੰ ਕਿਰਾਇਆ ਯਾਰ ਉਹ ਸ਼ਹਿਰ ਦੇ ਵਿੱਚ ਆ, ਉਹ ਮੈਂ ਇੱਕ ਇੱਦਾਂ ਦੀ ਕਿਹਾ ਸੀ ਵੀ ਲੜਕੀ ਆਪਣੇ ਪਿਓ ਨੂੰ ਕਹਿ ਰਹੀ ਆ ਪਾਪਾ ਆਪਾਂ ਕਮਰਾ ਨਾ ਠੰਡਾ ਕਰੀਏ ਆਪਾਂ ਪ੍ਰਿਥਵੀ ਠੰਡੀ ਕਰੀਏ, ਇਸ ਇਹ ਮੈਸੇਜ ਇਹ ਸੀ ਵੀ ਆਪਾਂ ਜਦੋਂ ਕਿਤੇ ਬਾਹਰ ਜਾਈਏ ਆਪਾਂ ਕਿਸੇ ਨੂੰ ਕਹੀਏ ਯਾਰ ਵੀਰੇ ਤੁਸੀਂ ਹੁਣ ਅੰਦਰ ਰੂਮ 'ਚ ਤਾਂ ਬੈਠੇ ਆ ਬਾਹਰ ਵੀ ਦੇ ਕਿੰਨੀ ਗਰਮੀ ਆ, ਵੀ ਬਾਹਰ ਵੀ ਆਪਾਂ ਦਰਖਤ ਲਾਈਏ, ਚੱਲੀਏ ਦਰਖਤ ਆਪਣੀ ਜ਼ਿੰਦਗੀ 'ਚ ਕਿੰਨੇ ਦਰਖਤ ਲਾਏ ਹੁਣ ਤੱਕ ਬਾਈ, ਅੱਜ ਤਾਂ ਦੋ ਤਿੰਨ ਕਿੱਲੇ ਲਾ ਤੇ, ਦੋ ਤਿੰਨ ਕਿੱਲੇ ਲਾ ਹੁਣ ਆ ਵੀ ਕਮਾਟ, ਹੁਣ ਨਿੰਮੇ ਨਾਲ ਰਹਿੰਦਾ ਨਿੰਮੇ, ਉਹ ਨਿੰਮਾ ਮੇਰੇ ਨਾਲ ਰਹਿੰਦਾ ਮੈਂ ਨਿੰਮੇ ਨਾਲ ਹੀ ਰਹਿੰਦਾ, ਹਾਂ ਹਾਂ ਬਾਈ ਬਾਈ ਕਹੀ ਜਾਂਦੇ ਨਿੰਮਾ ਰਹਿੰਦਾ ਨਹੀਂ, ਹੂੰ ਇੱਕ ਤੁਹਾਨੂੰ ਇੱਕ ਹੋਰ ਦੱਸਦੇ ਆ ਭਾਈ, ਸਾਡੀ ਯਾਤਰਾ ਆ ਰਹੀ ਆ 1 ਮਾਰਚ ਤੋਂ ਸ਼ੁਰੂ ਹੋਈ ਆ ਹੇਮਕੁੰਡ ਸਾਹਿਬ ਦੀ, ਅੱਜ ਮੈਂ ਪੋਸਟ ਪਾ ਦਿੱਤੀ ਮੈਂ ਤਾਂ ਨਿੰਮਾ ਜਾ ਰਹੇ ਹਾਂ, ਇੱਕ ਗੱਡੀ ਸਾਡੀ ਹੋਰ ਜਾ ਰਹੀ ਆ ਅਤੇ ਜੇ ਕਿਸੇ ਨੇ ਭਾਈ ਜਾਣਾ ਹੋ ਤਾਂ ਜ਼ਰੂਰ ਦੱਸਿਓ, ਪਰ ਸਾਡੀ ਗੱਡੀ ਫੁੱਲ ਹੈ ਅਸੀਂ ਇਹ ਕਹਿ ਦਿੰਦੇ ਹਾਂ, ਠੀਕ ਹੈ ਜੀ ਸਾਡੀ ਗੱਡੀ ਫੁੱਲ ਹੈ ਅਤੇ ਉਸ ਤੋਂ ਬਾਅਦ ਜੇ ਕਿਸੇ ਨੇ ਸਾਡੇ ਨਾਲ ਗੱਡੀ ਲੈ ਕੇ ਜਾਣਾ ਹੇਮਕੁੰਡ ਦੀ, ਹੇਮਕੁੰਡ ਸਾਹਿਬ ਦੀ ਯਾਤਰਾ ਵੋਟਾਂ ਪਾ ਕੇ ਅਸੀਂ ਇੱਥੋਂ ਚਾਲੇ ਪਾ ਦੇਣੇ ਅਤੇ ਬਹੁਤ ਦਿਲ ਕਰਦਾ ਜਾਣੇ ਨੂੰ ਉੱਥੇ, ਅਤੇ ਚੱਲੀਏ ਹੁਣ ਨੇੜੇ 'ਚ ਹੋਈ ਆਪਾਂ, ਚੱਲ ਆ ਨੇੜੇ ਹੋਈ ਆਪਾਂ, ਹੋਰ ਅੱਗੇ ਵਧਿਆ ਚੱਲ ਦੇਖੀਏ ਜਾ ਕੇ ਨਿੰਮੇ, ਚਲੋ ਬਈ ਚੱਲ ਚੱਲੀਏ ਕੰਮ ਨਿਬੇੜੀ ਆਪਣਾ, ਹਾਂ 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 ਇਹਦੇ ਵੀ ਹੱਥ ਰੰਗ ਤੇ ਹੁਣ ਨਿੰਮੇ ਹੁਣ ਮੁੱਕਰੂਗਾ ਨਹੀਂ।
ਬੰਨ ਹੋ ਗਿਆ ਹੁਣ, ਠੀਕ ਆ ਬਾਈ ਗਵਾਹ ਤੂੰ ਖੜਾ ਨਾਲ, ਬੰਨ ਹੋ ਗਿਆ ਬਾਈ ਆ ਯੰਤਰ, ਇਹਨੂੰ ਕਿਆ ਕਹਿੰਦੇ ਵੀਰੇ? ਇਹ ਚੀਜ਼ ਬੜੀ ਘੈਂਟ ਆ ਗਈ ਹੈ, ਇੱਕ ਇੰਚ ਵੀ ਨੀ ਗਲਤੀ ਕੱਢਦੀ ਹੈਗੀ, ਇਹ ਮਿਣਤੀ ਕਰਾਉਣ ਲੱਗੇ ਹੋਏ ਆ। ਵਧੀਆ ਬਾਈ ਵਧੀਆ ਵਧੀਆ, ਅਸੀਂ ਤੁਹਾਡੇ ਨਾਲ ਹੈ, ਭਾਵੇਂ ਫੁੱਟ ਮੇਰੇ ਵੱਲ ਨੂੰ ਹੋਰ ਵਧਾ ਲਿਓ, ਮੈਨੂੰ ਕੋਈ ਚੱਕਰ ਨੀ, ਠੀਕ ਨੀ ਬਾਈ? ਤੈਨੂੰ ਬੁਲਾਉਂਦਾ ਉਧਰ, ਆ ਗਿਆ ਆ ਗਿਆ, ਮੈਨੂੰ ਛੱਡਿਆ ਮਾੜਾ ਜਿਹਾ, ਮੈਨੂੰ ਤਾਂ ਬਹੁਤ ਚਾਅ ਚੜਿਆ ਤਾ ਵੀ ਚੱਲ ਵੀ ਪਹੀ ਦੀ ਮਿਣਤੀ ਹੋਊਗੀ ਭਾਈ, ਫੇਰ ਕੰਮ ਖੜ ਗਿਆ। ਇੱਕ ਨਾ ਪਹੀ ਦੀ ਜਿਹੜਾ ਸੈਟੇਲਾਈਟ ਥਰੂ ਮਿਣ ਰਹੇ, ਜਿਹਦਾ ਜਿਹੜਾ ਤੁਹਾਨੂੰ ਜਗਾੜ ਜਿਹਾ ਦਿਖਾਇਆ ਦੇਣ ਵਿੱਚ, ਉਹਦੇ ਥਰੂ ਮਿਣ ਰਹੇ ਆ, ਉਹ ਬਹੁਤ ਫਰਕ ਪਾ ਰਿਹਾ, ਘੱਟੋ ਘੱਟ ਜ਼ਿਆਦਾ 20 ਫੁੱਟ ਦਾ ਫਰਕ ਪਾ ਰਿਹਾ, ਪੂਰੀ ਦੀ ਪੂਰੀ ਸਾਡੇ ਪਿੰਡ ਦੇ ਬੰਦੇ ਦੀ ਪੂਰੀ ਦੀ ਪੂਰੀ ਮੋਟਰ ਵਿੱਚ ਆ ਰਹੀ ਹੈ, ਜਿਹੜਾ ਬੋਰ ਕਰਿਆ ਉਹ ਵਿੱਚ ਆ ਰਿਹਾ, ਇੱਕ ਐਂ ਪੱਥਰ ਬਲੇ ਪੈਂਦਾ। ਚਲੋ ਹੁਣ ਮੈਂ ਪਿੰਡ ਦੀਆਂ ਚੀਜ਼ਾਂ ਇੰਨੀਆਂ ਨਹੀਂ ਦਿਖਾ ਸਕਦਾ, ਹੁਣ ਪਿੰਡ ਦੇ ਬੰਦੇ ਤਾਂ ਆਪਾਂ ਨੈੱਟ ਪਰ ਨਹੀਂ ਪਾ ਸਕਦੇ ਚੀਜ਼ਾਂ, ਇਹੋ ਜਿਹੀਆਂ ਚੀਜ਼ਾਂ ਕਿ ਪਿੰਡ ਦਾ ਮਸਲਾ ਹੁੰਦਾ, ਪਰ ਸੈਟੇਲਾਈਟ ਵਾਲਾ ਥਰੂ ਜੇ ਤੁਹਾਡੇ ਕਿਸੇ ਬੰਦੇ ਨੇ ਸੈਟੇਲਾਈਟ ਵਾਲਾ ਕਰਵਾਇਆ ਹੋਇਆ, ਇਹ ਜ਼ਰੂਰ ਦੱਸਿਓ ਵੀ ਸੈਟੇਲਾਈਟ ਵਾਲਾ ਅਪਰੂਵਡ ਹੈ ਕਿ ਨਹੀਂ ਹੈਗਾ। ਉਹ ਤਾਂ ਮਿੰਟ ਆਉਂਦੇ ਤੇ ਉਹ ਪਤਾ ਨਹੀਂ ਐਂ ਲਿਖਦਾ, ਤਾਂ ਉੱਪਰ ਜੇ ਇੱਥੇ ਖੜ ਜਾਂਦੇ ਜਾ ਕੇ, ਆ ਇੱਥੇ ਆ ਗਏ ਜੀ ਸਹੀ, ਇੱਧਰ ਉੱਧਰ ਨੂੰ ਹੋ ਕੇ ਉਹ ਮਿੰਟ ਜੀ ਮਾਰ ਦਿੰਦੇ ਦਾ। ਹੁਣ ਮੇਰੇ ਇੱਥੇ ਤਾਂ ਕੰਨਵੇਂ ਇਕੱਠੇ ਬਣਦੇ ਆ, ਅਸੀਂ ਮੈਂ ਵੀ ਨਾ ਉਹ ਉੱਥੇ ਜਿੱਥੇ ਉਹ ਮੇਰਾ ਖੇਤ ਦਾ ਖੂੰਜ ਆ, ਉੱਥੇ ਨਾ ਬੁਰਜੀ ਆ, ਜਿਹਨਾਂ ਆਹ ਪਿੰਡ ਭੈਣੀ 'ਚ ਪੈ ਜਾਂਦੀ ਮੇਰੀ ਵਾਲੀ ਜ਼ਮੀਨ ਜਿਹੜੀ, ਉਹ ਸਾਹਮਣੇ ਵੱਟ ਦੀ ਇੱਥੇ ਜਿੱਥੇ ਹੁਣ ਮੇਰਾ ਖੇਤ ਆ, ਹੱਦ ਬੰਨ ਹੋ ਜਾਵੇ ਉਹ ਉੱਧਰ ਸਾਈਡ 'ਤੇ ਸਾਡਾ ਪਿੰਡ ਸ਼ੁਰੂ, ਮਾਲਾ ਪਿੰਡ ਸ਼ੁਰੂ ਹੋ ਜਾਂਦਾ। ਆਹ ਖੇਤ ਭੈਣੀ ਪਿੰਡ 'ਚ ਆ ਜਿਹੜਾ, ਉਹ ਹੈ ਉਹ ਸਾਡੇ ਪਿੰਡ ਵਿੱਚ, ਉੱਥੇ ਕਿੱਲੇ ਬੰਦੀ ਪਰ ਉੱਥੇ ਇੱਕ ਬੁਰਜੀ ਗੱਡੀ ਹੋਈ ਆ, ਜਦੋਂ ਬੁਰਜੀ ਤਾਂ ਇੱਥੋਂ ਤੋਂ 91 ਇਕੱਠੇ ਮਾਰੇ ਉਹਨਾਂ ਨੇ, ਹੁਣ ਥੋੜ੍ਹਾ ਥੋੜ੍ਹਾ ਮੈਨੂੰ ਵੀ ਪਤਾ ਲੱਗਣ ਲੱਗਾ ਵੀ ਕਿਆ ਕੁਛ ਕਰ ਰਹੇ ਆ, 91 ਇਕੱਠੇ ਮਾਰੇ। ਅਤੇ ਜਿਹੜੇ ਆਹ ਇਹਦੇ ਉਹ 10 ਫੁੱਟ ਪਰਲੇ ਪਾਸੇ ਨੂੰ, ਜਿਹੜੀ ਮੇਰੀ ਬੈਲਟ ਹੈ 10 ਫੁੱਟ ਪਰਲੇ ਪਾਸੇ ਜਾ ਰਹੀ ਹੈ ਦੂਜਿਆਂ ਦੇ ਖੇਤ ਵਿੱਚ, ਫਿਰ ਉਹ ਕਹਿੰਦੇ ਤੁਹਾਡੀ ਬੁਰਜੀ ਗਲਤ ਗੱਡੀ ਹੋਈ ਹੈ, ਬੜਾ ਗਾਹ ਪਿਆ ਇੱਥੇ ਫਿਰ। ਅਤੇ ਹੁਣ ਦੇਖਦੇ ਹੁਣ ਕੱਲ੍ਹ ਨੂੰ ਕਹਿੰਦੇ ਵੀ ਜਿਹੜੀ ਜਰੀਬ ਨਾਲ ਜਿੱਦਾਂ ਦੂਜੇ ਪਹਿਲਾਂ ਮਿਣਦੇ ਹੁੰਦੇ ਸੰਗਲ ਜੀ ਵਾਲੀ ਨਹੀਂ ਹੁੰਦੀ ਜਰੀਬ ਜੀ, ਕਿਆ ਕਹਿੰਦੇ ਹੁੰਦੇ ਆ, ਉਹਦੇ ਨਾਲ ਮਿਣਤੀ ਹੋਊਗੀ ਹੁਣ ਕੱਲ੍ਹ, ਪਰ ਜਾ ਪਿਆ ਕੰਮ ਹੁਣ ਦੇਖਦੇ ਹਾਂ ਬਾਕੀ। ਪਰ ਮੈਨੂੰ ਤਾਂ ਯਾਰ ਫੁੱਟ ਇੱਧਰ ਫੁੱਟ ਉੱਧਰ 2 ਫੁੱਟ ਪਰ ਇੰਨਾ ਫਰਕ ਨਹੀਂ, 20 ਫੁੱਟ ਦਾ ਹੀ ਫਰਕ ਪੈ ਜਾਵੇ, ਬਹੁਤ ਫਰਕ ਪੈ ਰਿਹਾ। ਚਲੋ ਪਹਿਲਾਂ ਤਾਂ 3 ਗੱਠੇ ਦੀ ਪਹੀ ਤੀ, ਫਿਰ ਬਾਅਦ 'ਚ ਇਹ ਗੱਠੇ ਦੀ 4 ਗੱਠੇ ਦੇਊ, ਜਿਹੜਾ ਗੱਠਾ ਸਾਡੇ ਵਾਲੀ ਸਾਈਡ ਵੱਧ ਗਿਆ, ਉਹ ਵੀ ਸਾਡੇ ਵਾਲੀ ਸਾਈਡ ਗੱਠਾ ਪਾ ਤਾ ਉਹਨੇ, ਪਹਿਲਾਂ 3 ਗੱਠੇ ਦੀ ਪਹੀ ਤੀ, ਇਹ 4 ਗੱਠੇ ਦੀ ਕਰਾ ਦਿੱਤੀ ਤੀ, ਫਿਰ ਉਹ ਜਿਹੜਾ ਗੱਠਾ ਇਹ ਸਾਈਡ ਨੂੰ ਵੱਧ ਗਿਆ ਸਾਰੀ, ਜਿੱਦਾਂ ਉਹ ਜਿਹੜੀ ਪਹੀ ਚੱਲਦੀ ਨਾ ਐਂ ਦੀ, ਉਹ ਗੱਠਾ ਇੱਧਰ ਨੂੰ ਵੱਧ ਗਿਆ ਵੀ 5-5 ਫੁੱਟ ਸਾਡੇ ਵਾਲੀ ਖੇਤ ਸਾਡੇ, ਮੈਂ ਤੁਹਾਨੂੰ ਦਿਖਾਊਂਗਾ ਜਿੱਥੇ ਜਾ ਕੇ ਉਹਨੂੰ, ਜਿੱਥੇ ਉਹਨਾਂ ਨੂੰ ਗੱਡੀ ਹੋਈ ਆ ਵੀ 5 ਫੁੱਟ ਸਾਡੇ ਵਾਲੀ ਜ਼ਮੀਨ 'ਚ ਨੂੰ ਆ ਗਈ, ਸਾਰਾ ਸਮਝਾਉਂਦਾ ਮੈਂ ਜਾ ਕੇ, ਜੇ ਹੋਰ ਵੀ ਇੱਕ ਪਿੰਡ ਦਾ ਦੇਖੂਗਾ ਸਮਝ ਨਹੀਂ ਆਈ, ਜਿਹੜੇ ਹੁਣ ਸੈਟੇਲਾਈਟ ਥਰੂ ਜਿਹੜੀ ਮਿਣਤੀ ਕਰੀ ਬਾਈ ਉਹਨਾਂ ਨੇ, ਸਮਝ ਲੱਗੀ ਵੀ ਕਿਆ ਚੱਕਰ ਹੋਇਆ ਹੈ। ਉਹ ਸਾਰੀ ਮਿਹਨਤੀ ਗਲਤੀ ਹੋ ਰਹੀ ਆ, ਇਸ ਕਰਕੇ ਮੈਂ ਜ਼ਿਆਦਾ ਤਾਂ ਮੈਂ ਨਹੀਂ ਕੋਈ ਕਾਰੋਬਾਰ ਕਰ ਰਿਹਾ ਹੈਗਾ, ਵੀ ਇੱਥੇ ਕੋਈ ਹੋਰ ਕਈ ਵਾਰ ਸੋਚਦਾ ਚਲੋ ਇੱਥੇ ਕਮਰੇ ਪਾ ਕੇ ਜਾਂ ਸਵੀਮਿੰਗ ਪੂਲ ਦਾ ਕੋਈ ਇੱਦਾਂ ਦਿਮਾਗ 'ਚ ਕਈ ਵਾਰ ਆਈਡੀਆ ਆ ਜਾਂਦਾ ਵੀ ਚਲੋ ਇੱਥੇ ਜਗ੍ਹਾ ਬਣਾਈਏ, ਪਰ ਹੁਣ ਜਦ ਤੱਕ ਜਗ੍ਹਾ ਇੱਕ ਇਹ ਪਤਾ ਲੱਗਿਆ ਕਰਨਗੋ ਅਤੇ ਪਟਵਾਰੀ, ਇਹ ਦੋ ਬੰਦੇ ਜਿਹੜੀ ਨਾ ਜਿੱਥੇ ਉਹ ਨਿਸ਼ਾਨ ਜੇ ਕਰਦੇ, ਫਿਰ ਉਹਨੂੰ ਕੋਈ ਬੰਦਾ ਚੈਲੇਂਜ ਨਹੀਂ ਕਰ ਸਕਦਾ, ਜਿੱਥੇ ਉਹਨਾਂ ਨੇ ਨਿਸ਼ਾਨ ਲਾ ਤਾ ਉੱਥੋਂ ਤਾਂ ਫਿਰ ਕੋਈ ਬੰਦਾ ਉਹਨੂੰ ਚੈਲੇਂਜ ਨਹੀਂ ਕਰ ਸਕਦਾ ਹੈਗਾ, ਇਹ ਕਰਾਉਣੀ ਪੈਣੀ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ। ਪਰ ਇਹ ਵੀ ਹੁਣ ਜਿਹੜੀ ਸਾਡੀ ਜ਼ਮੀਨ ਹੈ, ਜੋ ਹੁਣ ਸਾਰੇ ਚਾਚੇ ਤਾਇਆਂ ਦੇ ਨਾਂ ਬੋਲਦੇ, ਫਿਰ ਉਹ ਤਕਸੀਮ ਵੀ ਕਰਾਉਣੀ ਪੈਣੀ ਹੈ,
ਵਿੱਚ ਤਾਂ ਕਹਿੰਦੇ ਫਿਰ ਮੇਰੇ ਇਕੱਲੇ ਦਿਨ ਉਹ ਬੋਲੂਗੀ, ਹੁਣ ਸਾਡੇ ਦੋ ਭਰਾ ਦਿਨ ਉਹ, ਪਰ ਮੇਰਾ ਪਿਰਤ ਵਾਲਾ ਭਰਾ ਦੇ ਦੋ ਦਿਨ ਚੜੂਗੀ ਫਿਰ ਇਹ। ਬੜੀਆਂ ਚੀਜ਼ਾਂ ਯਾਰ, ਮੈਂ ਤਾਂ ਪਿੰਡ ਦੇ ਖੜ੍ਹਦੇ, ਮੈਂ ਕਿਹਾ ਹੋਰ 10-15 ਸਾਲ ਜਾਂ 20 ਸਾਲ ਬੰਦੇ ਨੇ ਕੱਢਣੇ ਆ, ਪਤਾ ਨਹੀਂ ਕਿਆ ਦਿਨੇ ਮੈਂ ਕਾਹ ਨੂੰ, ਮੈਂ ਕਿਹਾ ਯਾਰ ਕੋਈ ਚੀਜ਼ ਬਣਦੀ ਹੈ ਪਿੰਡ 'ਚ ਬਣ ਦਿਉ, ਮੈਂ ਕਿਹਾ ਜਦ ਪਹੀ ਪੱਕੀ ਹੋ ਜੂਗੀ ਆਹ, ਮੈਂ ਕਿਹਾ ਸਾਡੀ ਜ਼ਮੀਨ ਦੇ ਰੇਟ ਵਧਣਾ ਹੈ, ਇੱਧਰ ਨੂੰ ਹੋਰ ਕੋਈ ਪਤਾ ਹੋਊਗੀ ਸੜਕ ਪੱਕੀ ਹੈ ਇੱਧਰ ਨੂੰ, ਅਤੇ ਜ਼ਮੀਨਾਂ ਦਾ ਰੇਟ ਵਧਣ ਬਣ ਜਾਂਦੇ, ਸੜਕ ਪੱਕੀ ਹੋ ਜਾਂਦੀ ਹੈ। ਹੁਣ ਤੇਰੇ ਪਾਸ ਸਮਾਨ ਲਿਆਵਾਂ ਯਾਰ, ਤੂੰ ਠੀਕ ਹੈ ਮੇਰੀ ਗੱਲ ਸੁਣ, ਪਹਿਲਾਂ ਮੇਰੀ ਗੱਲ ਸੁਣ, ਉਹ ਗੱਲ ਕੁਛ ਨਹੀਂ, ਮੈਂ ਦੇਖ ਮੇਰੀ ਗੱਲ ਸੁਣ, ਇਹ ਮੈਨੂੰ ਕਹਿੰਦਾ ਹੁਣ ਬਹੁਤ ਕੁਝ ਕਹਿੰਦਾ, ਹੁਣ ਮੈਨੂੰ ਗੁੱਸਾ ਕਰ ਰਿਹਾ ਮੇਰੇ ਨਾਲ, ਹੁਣ ਇਹ ਦੇਖੋ ਤੁਸੀਂ ਆਪ ਹੀ ਦੇਖੋ ਬੋਡੀ ਲੈਂਗੁਏਜ ਦੇਖੋ ਬੰਦੇ ਦੀ, ਜੇ ਕਿੱਦਾਂ ਨਾਰਾਜ਼ ਹੋਈ ਬੈਠਾ ਹੈ, ਕਹਿੰਦਾ ਹੋਰ ਪੀਣੀ ਆ। ਦੱਸ ਹੁਣ ਮੈਂ ਯਾਰ ਕਿਆ ਕਰਾਂ, ਮੈਂ ਕਰਦਾ ਹੀ ਲੱਦਰ ਪੈਗ ਦਾ ਕਰਦਾ ਕਰ, ਇੱਕ ਲਿਆ ਦੇਣਾ ਤੁਸੀਂ ਸਾਡੇ ਘਰ ਦਾ ਬੰਦਾ ਯਾਰ ਤੂੰ, ਮੈਂ ਕਿਹੜਾ ਆਪਣੇ ਘਰ ਦਾ ਤੈਨੂੰ ਟ੍ਰੀਟ ਕਰਦਾ ਯਾਰ, ਰੋਟੀ ਪਾਣੀ ਖਾ ਲਈ ਤੇ ਵਿੱਚੇ ਫੋਨ ਆਈ ਜਾਵੇ, ਉਹਨੇ ਬੰਦੇ ਵੀਡੀਓ ਵੈਸੇ ਦੇਖ ਲੈਣੀ ਆ, ਤੇ ਕਹਿੰਦਾ ਉਹ ਪਾਰਟੀ ਨੂੰ ਵੋਟ ਪਾਉਣੀ ਆ, ਮੈਂ ਕਿਹਾ ਹਾਂ ਜੀ ਪਾ ਦਾਂਗੇ, ਮੈਂ ਕੋਈ ਉਪਲਬਧੀ ਦੱਸੋ ਉਸ ਪਾਰਟੀ ਦੀ, ਵੀ ਕਿਆ ਉਪਲਬਧੀ ਆ, ਮੇਨ ਕੋਈ ਗੁਣ ਤਾਂ ਦੱਸੋ ਉਸ ਪਾਰਟੀ ਦੇ, ਪੁਰਾਣੀ ਪਾਰਟੀ ਆ ਆਹ ਪਾਰਟੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ, ਮੈਂ ਯਾਰ ਕੋਈ ਚੰਗਾ ਗੁਣ ਤਾਂ ਦੱਸ ਦਿਓ, ਵੀ ਚੰਗਾ ਗੁਣ ਦੱਸੋ ਯਾਰ, ਵੀ ਆਹ ਪਾਰਟੀ ਤਾਂ ਵੋਟ ਪਾਉਣ ਜਾਵਾਂ ਮੈਂ, ਕੋਈ ਚੰਗਾ ਗੁਣ ਦੱਸੋ, ਜੇ ਹੁਣ ਮੈਂ ਕੋਈ ਚੰਗਾ ਗੁਣ ਦੱਸੂਗਾ ਤੁਸੀਂ ਕਹਿਣਾ ਵੀ ਆਹ ਪਾਰਟੀ ਸਪੋਰਟ ਕਰਦਾ, ਮੈਂ ਸਪੋਰਟ ਕਿਸੇ ਪਾਰਟੀ ਦੀ ਨਹੀਂ ਕਰਦਾ ਯਾਰ, ਜਿਹੜੀ ਚੀਜ਼ ਚੰਗੀ ਹੁੰਦੀ ਉਸ ਚੀਜ਼ ਨੂੰ ਯਾਰ ਸਰਾਹੇ ਕਰੋ ਯਾਰ, ਆਪਣਾ ਯਾਰ ਆਹ ਦੇਖੋ ਆਹ ਬਿੱਲ ਆਇਆ, ਜਿਹੜੇ ਜਿਹੜੇ ਬੰਦੇ ਦਾ ਬਿੱਲ ਜ਼ੀਰੋ ਆਏ ਆ ਉਹ ਕਮੈਂਟ ਕਰਕੇ ਦੱਸ ਦਿਓ। ਹੁਣ ਕਈਆਂ ਨੇ ਕਹਿਣਾ ਕੋਈ ਤਕੜੇ ਬੰਦੇ ਹੋਣੇ ਆ, ਮੇਤੇ ਵੀ ਅਮੀਰ ਹੋਣੇ ਆ ਜਿਹੜੇ ਕਮੈਂਟ, ਸਾਡਾ ਬਿੱਲ ਇੰਨਾ ਹੁੰਦਾ ਸਾਡਾ ਬਿੱਲ ਇੰਨਾ, ਉਹ ਭਾਈ ਮਰਜ਼ੀ ਜਿਹਨੂੰ ਪਾ ਦਿਓ, ਤਕੜੇ ਬੰਦੇ ਨੂੰ ਵੋਟ ਪਾ ਦਿਓ, ਜਿਹਨਾਂ ਦਾ ਬਿੱਲ ਜ਼ੀਰੋ ਹੈ ਨਾ ਇਹ ਨਹੀਂ ਕਹਿੰਦਾ ਵੀ ਵੋਟ ਉਹਨੂੰ ਪਾ ਦਿਓ, ਫਲਾਣੇ ਨੂੰ ਪਾ ਦਿਓ, ਭਗਾਣੇ ਨੂੰ ਪਾ ਦਿਓ, ਪਰ ਕੋਈ ਨਾ ਕੋਈ ਚੀਜ਼ ਤਾਂ ਫਰਕ ਤਾਂ ਪਿਆ। ਹੁਣ ਜੇ ਮੈਂ ਕਹਿ ਦੇਵਾਂ, ਜੇ ਮੈਂ ਐਵਰੇਜ ਲਾਵਾਂ, ਮੇਰਾ ਸਾਲ ਦਾ 20-25 ਹਜ਼ਾਰ ਰੁਪਇਆ ਸੇਵਿੰਗ ਇਸ ਟਾਈਮ, ਜੇ ਸਾਲ ਦਾ 20-25 ਹਜ਼ਾਰ ਉਸਨੂੰ ਮੈਂ ਚੰਗੇ ਪਾਸੇ ਕਿਤੇ ਇਨਵੈਸਟਮੈਂਟ ਕਰ ਦੇਵਾਂ, ਜੇ ਮੈਂ ਸਹੀ ਕਹਾਂ ਸੇਵਿੰਗ ਹੈ ਚੀਜ਼ ਦੀ, ਕਿਤੇ ਨਾ ਕਿਤੇ ਯਾਰ ਕੋਈ ਨਾ ਕੋਈ ਚੀਜ਼ ਦਾ ਫਾਇਦਾ ਹੋਇਆ। ਦੂਜੀ ਉਪਲਬਧੀ ਦੱਸ ਦਿੰਦਾ, ਰੋਡਾਂ ਪਰ ਯਾਰ ਪੁਲਿਸ ਗੜੀ ਹਰੇਕ 30 ਕਿਲੋਮੀਟਰ ਹੈ ਭਾਈ, ਇਹ ਫਰਕ ਹੈ, ਹੌਲੀ ਹੌਲੀ ਵਧੇ ਹੋਏ ਹੈ, ਹੌਲੀ ਹੌਲੀ ਤਰੱਕੀ ਹੋ ਰਹੀ ਹੈ, ਜੇ ਆਪਾਂ ਆਪ ਚੀਜ਼ ਨੂੰ ਸਰਾਵਾਂਗੇ। ਚਲੋ ਇਹ ਪਾਰਟੀ ਬਾਜ਼ੀ ਦੀ ਗੱਲ ਤਾਂ ਚੱਲਦੀ ਹੋ ਰਹਿੰਦੀ ਹੈ, ਜੇ ਦੇਖਿਆ ਜਾਵੇ ਪਾਰਟੀ ਬਾਜ਼ੀ ਦੀ ਗੱਲ ਚੱਲਦੀ, ਹੌਲੀ 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 ਵਧਾਂਗੇ, ਜਦੋਂ ਪੜ੍ਹੇ ਲਿਖੇ ਬੰਦੇ ਅੱਗੇ ਆਉਣਗੇ, ਛੋਟੇ ਲੈਵਲ ਵਾਲੇ ਬੰਦੇ ਅੱਗੇ ਜਾਣਗੇ, ਵੱਡਿਆਂ ਨੂੰ ਢਾਉਣਗੇ, ਸਮਝ ਗਏ ਨਾ ਚੀਜ਼ ਦਾ, ਜਿਹੜੇ ਵੱਡੇ ਵੀ ਉਹ ਸਾਨੂੰ ਬਸ ਸਲਾਮ ਹੀ ਹੋਈ ਜਾਵੇ, ਆਓ ਜੀ ਸਾਨੂੰ ਸਲਾਮ, ਸਾਨੂੰ ਸਲਾਮ,
ਵੱਡੇ ਬੰਦਿਆਂ ਨੂੰ ਥੱਲੇ ਲਿਆ ਕੇ ਆਹ ਬੰਦੇ ਜਾਣਗੇ ਅੱਗੇ ਕਿਹੜੇ ਕਿਹੜੇ ਬੰਦੇ ਸਹੀ ਜਾਵੇ ਕੁੱਟਾ ਬੰਦਾ ਟੈਲੀਫੋਨ ਕਰਕੇ ਹਾਂ ਗਾਲਾਂ 'ਚ ਕੱਢਿਆ ਮੈਨੂੰ ਮੈਂ ਯਾਰ ਕਿਹੜੀਆਂ ਯਾਰ ਮੈਂ ਦੇਖਦਾ ਸੋਚਦਾ ਰਹਿੰਦਾ ਲੋਕਾਂ ਦੀ ਯਾਰ ਪਾਰਟੀਬਾਜ਼ੀ 'ਚ ਬੰਦੇ ਹੋਏ ਆ ਤਾਂ ਉਹਨੂੰ ਬਹੁਤ ਫਲਾਉਣਾ ਧੋਕਾਉਣਾ ਟਪਕਾਉਣਾ ਇੱਕ ਦੂਜੇ ਨਾਲ ਪਿੰਡਾਂ ਵਿੱਚ ਲੱਗਦੇ ਆ ਇਹ ਚੀਜ਼ ਤੋਂ ਦੂਰ ਪਹਿਲਾਂ ਪਿੰਡ 'ਚ ਤੁਸੀਂ ਆਪਣਾ ਆਪ 'ਚ ਨਾਇਟ ਹੋ ਇਕੱਠੇ ਹੋ ਥੋੜ੍ਹਾ ਏਕਾ ਹੋਏ ਪਿੰਡ ਪਿੰਡ ਤਰੱਕੀ ਕਰੇ ਫਿਰ ਆਪਾਂ ਪੰਜਾਬ ਨੂੰ ਇਕੱਠੇ ਕਰੀਏ ਫਿਰ ਇੰਡੀਆ ਨੂੰ ਇਕੱਠੇ ਕਰੀਏ ਇੱਦਾਂ ਇਹ ਤੁਸੀਂ ਜੇ ਤੁਹਾਨੂੰ ਜਿਹੜੀ ਚੀਜ਼ ਨਾ ਜੇ ਤੁਸੀਂ ਇਹ ਗੇਮ ਸਮਝਣ ਲੱਗ ਗਏ ਫਿਰ ਤੁਹਾਨੂੰ ਪਤਾ ਲੱਗ ਜਾਣਾ ਹੁਣ ਪਾਰਟੀ ਬਾਜੀ ਤਾਂ ਹੁਣ ਤੁਹਾਨੂੰ ਇੱਕ ਚੀਜ਼ ਹੁਣ ਗੱਲ ਸੁਣਨੇ ਵਾਲੀ ਹੈ ਉਹ ਪਾਰਟੀ ਵਾਲਾ ਬੰਦਾ ਇਹ ਪਾਰਟੀ 'ਚ ਆ ਗਿਆ ਇਹ ਪਾਰਟੀ ਵਾਲਾ ਬੰਦਾ ਉਹ ਪਾਰਟੀ ਚਲੀ ਗਿਆ ਫੁੱਦੂ ਕਿਹਦਾ ਬਣ ਗਿਆ ਸਾਡੇ ਵਰਗੇ ਬੰਦਿਆਂ ਦਾ ਜੇ ਮੈਂ ਨਾਂ ਲੈਣ ਲੱਗ ਜਾਵਾਂ ਨਾ ਤਾਂ ਗੱਲਾਂ ਬਹੁਤ ਆ ਜਾਣੀਆਂ ਆਪ ਵਾਲਾ ਬੰਦਾ ਬੀਜੇਪੀ 'ਚ ਆ ਗਿਆ ਬੀਜੇਪੀ ਵਾਲਾ ਬੰਦਾ ਉਹਦੇ ਵੀ ਅਕਾਲੀਆਂ 'ਚ ਲੈ ਗਿਆ ਇੱਦਾਂ ਜੇ ਤੁਸੀਂ ਸਮਝੋਗੇ ਨਾ ਵੋਟਾਂ ਯਾਰ ਜੇ ਹੁਣ ਮੈਂ ਕਹਾਂ ਯਾਰ ਵੀ ਸਾਡਾ ਬੰਦਾ ਹੁਣ ਸਮਝ ਲਿਆ ਮੈਂ ਜਿਹੜੇ ਬੰਦੇ ਨੂੰ ਕਹਾਂ ਵੀ ਅਸੀਂ ਇਸ ਬੰਦੇ ਨੇ ਪਿੱਛੇ ਲੱਗੇ ਹੋਏ ਤੇ ਇੱਕ ਦਿਨ 'ਚੋਂ ਬੰਦੇ ਨੇ ਪਾਰਟੀ ਬਦਲੀ ਉਹ ਪਾਰਟੀ ਚਲੀ ਗਿਆ ਯਾਰ ਹੁਣ ਅਸੀਂ ਅਸੀਂ ਆਪ ਆਪ ਕਰਦੇ ਤੇ ਕੱਲ੍ਹ ਉਹ ਕਾਂਗਰਸ ਚਲੀਏ ਕਾਂਗਰਸ ਤੋਂ ਬਾਅਦ ਅਕਾਲੀਆਂ 'ਚ ਆ ਗਿਆ ਅਕਾਲੀ ਹੈ ਤਾਂ ਅਸੀਂ ਆਪਣੇ ਆਪ ਹੀ ਬੰਦੇ ਤੁਸੀਂ ਸਾਨੂੰ ਆਪ ਨੂੰ ਸਮਝਣਾ ਪੈਣਾ ਚੀਜ਼ ਇਹ ਜਿਹੜੇ ਬੰਦੇ ਗਾਲਾਂ ਕੱਢਦੇ ਉਹਨੂੰ ਉਹ ਬੰਦਿਆਂ ਨੂੰ ਸਮਝਾ ਰਿਹਾ ਮੈਂ ਇੱਕ ਸਰਚ ਕਰਕੇ ਦੇਖੋ ਥੋੜ੍ਹੀ ਜਿਹੀ ਅਸੀਂ ਤਾਂ ਸਰਚ ਕਰਦੇ ਰਹਿੰਦੇ ਹਾਂ ਥਾਂ ਸਮਝਾਉਂਦੇ ਰਹਿੰਦੇ ਹਾਂ ਹੈ ਤਾਂ ਅਸੀਂ ਯਾਰ ਵੋਟਾਂ ਤਾਂ ਅਸੀਂ ਪਾਉਣੀਆਂ ਜਾ ਕੇ ਤਾਂ ਕਹਿੰਦੇ ਵੀ ਯਾਰ ਚੰਗੇ ਚੱਜ ਦੇ ਬੰਦੇ ਨੂੰ ਮੱਤ ਦਾ ਦਾਂਤ ਅੰਦਰ ਜਾ ਕੇ ਕਰਨਾ ਤੁਸੀਂ ਜਿਹਨੂੰ ਤੁਸੀਂ ਦਾਨ ਕਰਨਾ ਕਰ ਦਿਓ ਇਹ ਨਹੀਂ ਹੈ ਵੀ ਆਪਾਂ ਦੱਸ ਕੇ ਕਰਨਾ ਵਾ ਉਹਦਾ ਬੰਦਾ ਮੈਂ ਫਲਾਉਣਾ ਬੰਦਾ ਮੈਂ ਧਮਕਾਉਣਾ ਬੰਦਾ ਅਸੀਂ ਤਾਂ ਕਹਿੰਦਾ ਵੀ ਯਾਰ ਬੰਦਾ ਸਹੀ ਹੋਵੇ ਚੰਗਾ ਬੰਦਾ ਜਾਵੇ ਅੱਗੇ ਧੰਨਵਾਦ ਜੀ ਥੋੜ੍ਹਾ ਮੇਰਾ ਵੀਡੀਓ ਦੇਖਣ ਵਾਸਤੇ ਮਿਲ ਜਾਣ ਤੁਸੀਂ